पूरी पूरी गल दसो होया की है जी? होया तो मैं तो फुटपाथ पर गड्डी चढ़ती देखी यार, बड़ी टेंशन है। ਉਹਦੇ ਬਾਅਦ ਜੋ ਨਾਲ ਦੀ ਨਾਲ ਮੈਨੂੰ ਦੱਬ ਲਈ ਨਾਲ ਉੱਤੇ ਹੀ। ਤੇ ਜੋ ਮੋਟਰਸਾਈਕਲ ਸਵਾਰ ਸੀ, ਮੋਟਰਸਾਈਕਲ ਸਵਾਰ ਇੱਥੇ ਦਾ ਉਹ ਗੱਡੀ ਦੇ ਵਿੱਚ। ਅੱਛਾ ਜੀ, ਉਹਦੇ ਤੇ ਹੋਇਆ ਕੀ ਹੈ, ਮਤਲਬ ਕਿ ਬਚ ਗਈ ਜਾਨ ਜੀ ਦੀ? ਫਟ ਜਾ ਰਿਹਾ 70 ਰੁਪਏ। ਗਲਤੀ ਕਿਹਦੀ ਸੀਗੀ ਜੀ? ਗਲਤੀ ਤਾਂ ਹੁਣ ਆ ਗੱਡੀ ਵਾਲੀ ਹੈ ਜਿਹੜਾ ਮੈਂ ਦੱਬ ਕੇ ਲੈ ਕੇ ਆਇਆ। ਇਹਦਾ ਯਾਰ ਸਾਫ ਪਤਾ ਲੱਗ ਰਿਹਾ, ਦਿਖਣੇ ਮੈਨੂੰ ਲੱਗ ਰਿਹਾ ਗੱਡੀ ਧੱਕ ਕੇ ਲੈ ਗਈ ਹੈ ਗੱਡੀ ਨੂੰ। ਉਹ ਕਹਿੰਦਾ ਪਿੱਛੇ ਕਾਰ ਵਾਲੀ ਦੀ ਗਲਤੀ ਆ, ਪਤਾ ਨਹੀਂ। ਤੁਹਾਡੀ ਗਲਤੀ ਕੋਈ ਨਹੀਂ ਹੈਗੀ। ਹਾਂਜੀ ਗਲਤੀ, ਉਹ ਦੇਖੋ ਗੱਡੀ ਮੇਰੀ ਦਾ ਸਾਈਡ ਤੇ ਆਇਆ ਨਾ ਕੈਂਟਰ। ਤੁਹਾਡੀ ਗੱਡੀ ਦੇ ਨੰਬਰ ਕੇ? H68A25 ਕਰਨਾ ਹੈ। ਕਿੱਥੇ ਦੇ ਵਾਸੀ ਤੁਸੀਂ? ਵੀਡੇ ਪਹਿਲਾਂ ਬਟੇਰਾ ਵਸੀ ਜੀ। ਜ਼ਿਲ੍ਹਾ? ਫਤਿਹਗੜ੍ਹ ਸਾਹਿਬ। ਕੀ ਨਾਮ ਹੈ? ਮੇਰਾ ਨਾਮ ਰਿਸ਼ੀ ਪਾਲ ਹੈ ਜੀ, ਡਿਸਟ੍ਰਿਕਟ ਉਨਾ ਮੇਰਾ, ਧਮਾਂਦਰੀ ਪਿੰਡ ਹੈ। ਮੈਂ ਗੱਡੀ ਲੈ ਕੇ ਆ ਰਿਹਾ ਸੀ, 50 ਦੀ ਸਪੀਡ ਸੀ ਮੇਰੀ ਗੱਡੀ ਦੀ, ਪਿੱਛੇ ਡਿਵਾਈਡਰ ਦੇ ਕੱਟ ਤੇ ਗੱਡੀ ਮਾਰੀ ਮੇਰੀ ਛੋਟੀ ਗੱਡੀ, ਗੱਡੀ ਮੇਰੀ ਘੁੰਮ ਗਈ। ਨਾਲ ਗੱਡੀ ਚੱਲੀ ਸੀ ਬਰਾਬਰ, ਉਹਦੇ ਵੀ ਲੱਗੀ ਨਾਲ, ਇੱਥੇ ਬਾਈਕ ਵਾਲਾ ਬਾਈਕ ਖੜਿਆ ਸੀ, ਉਹਨੂੰ ਉਹਦਾ ਕੋਈ ਗਲਤੀ ਨਹੀਂ ਸੀ। ਉਹ ਵਿਚਾਰਾ ਦੇਖ ਕੇ ਗੱਡੀ ਘਬਰਾ ਗਿਆ ਹੈਗਾ, ਉਹ ਇੱਕਦਮ ਹੀ ਗੱਡੀ ਕਦੀ ਇੱਧਰ ਜਾਵੇ ਕਦੀ ਉੱਧਰ ਜਾਵੇ ਉਹ। ਅਤੇ ਇਸ ਤੋਂ ਇਲਾਵਾ ਹੋਰ ਕੀ ਨੁਕਸਾਨ ਹੋਇਆ? ਨੁਕਸਾਨ ਭਾਅ ਜੀ ਦੇਖੋ ਤੁਹਾਡੇ ਸਾਹਮਣੇ ਹੀ ਹੈ ਭਾਅ ਜੀ, ਹੁਣ ਨੁਕਸਾਨ ਜੋ ਜੀ। ਤੁਹਾਨੂੰ ਸੱਟ ਚੋੜ ਲੱਗੀ ਕੋਈ? ਸੱਟ ਮੇਰੇ ਗੋਡੇ 'ਤੇ ਲੱਗੀ ਭਾਅ ਜੀ। ਜੋ ਮੋਟਰਸਾਈਕਲ ਸਵਾਰ ਸੀ ਉਹਦੀ ਜਾਨ ਵੱਜ ਗਈ ਜੀ? ਹਾਂਜੀ ਹਾਂਜੀ, ਉਹਦੇ ਤਾਂ ਇੱਥੇ ਲੱਗੀ ਭਾਅ ਜੀ, ਪੱਟ 'ਤੇ ਲੱਗੀ, ਇੱਥੇ ਤਾਂ ਲੱਗੀ ਭਾਅ ਜੀ। ਦਰਸ਼ਕੋ, ਤੁਸੀਂ ਦੇਖ ਰਹੇ ਹੋ ਇੱਕ ਰੋਪੜ ਤੋਂ ਚੰਡੀਗੜ੍ਹ ਮਾਰਗ ਸਿੰਘ ਪਿੰਡ ਦੇ ਪਾਸ ਇਹ ਹਾਦਸਾ ਵਾਪਰਿਆ, ਜਿਹਦੇ ਵਿੱਚ ਇੱਕ ਮੋਟਰਸਾਈਕਲ ਸਵਾਰ ਲਪੇਟ ਦੇ ਵਿੱਚ ਆ ਗਿਆ। ਅਤੇ ਪਰ ਦੱਸਿਆ ਜਾ ਰਿਹਾ ਕਿ ਹਾਦਸਾ ਜਿਹੜਾ ਬੜਾ ਭਿਆਨਕ ਸੀ, ਲੇਕਿਨ ਜਿਹਦੇ ਵਿੱਚ ਕਾਫੀ ਬਚਾਓ ਹੋ ਗਿਆ। ਮੋਟਰਸਾਈਕਲ ਸਵਾਰ ਦੇ ਕੁਛ ਸੱਟਾਂ ਵੱਜੀਆਂ ਨੇ, ਲੇਕਿਨ ਗੱਡੀ ਜਿਹੜੀ ਹੈ ਬੇਕੰਟਰੋਲ ਸੀ, ਅਤੇ ਜਿਹੜੀ ਕਿ ਹੌਲੀ ਹੌਲੀ ਜਿਹੜੀ ਇਹਨੂੰ ਕੰਟਰੋਲ ਕੀਤਾ ਗਿਆ। ਟੋਟਲ 3 ਵਾਹਨ ਦੇ ਜਿਹੜੇ ਆਪਸ ਦੇ ਵਿੱਚ ਟਕਰਾਉਣ ਦੇ ਬਚੇ ਆ। ਤਸਵੀਰਾਂ ਮੈਂ ਇਸ ਵੇਲੇ ਤੁਹਾਨੂੰ ਲਾਈਵ ਦਿਖਾ ਰਿਹਾ, ਸਿੰਘ ਦੀਆਂ ਤਸਵੀਰਾਂ ਨੇ ਜਿੱਥੇ ਇਹ ਹਾਦਸਾ ਵਾਪਰਿਆ। ਅਚਾਨਕ ਸਾਡੀ ਜਿਹੜੀ ਟੀਮ ਹੈ ਉੱਥੇ ਪਹੁੰਚ ਗਈ, ਅਤੇ ਜਿਨ੍ਹਾਂ ਨੇ ਇਸ ਜਿਹੜਾ ਐਕਸੀਡੈਂਟ ਨੂੰ ਜਿਹੜਾ ਅੱਖੀਂ ਦੇਖ ਕੇ ਇਹਨੂੰ ਲਾਈਵ ਕੀਤਾ ਅਤੇ ਦਿਖਾਇਆ ਜਾ ਰਿਹਾ ਇਸ ਵੇਲੇ ਤੁਹਾਡੀ ਤਸਵੀਰਾਂ ਦੇ ਵਿੱਚ। ਲੇਕਿਨ ਟੈਂਪੂ ਟਰੈਵਲ ਜਿਹੜਾ ਸੀਗਾ, ਟੈਂਪੂ ਜਿਹੜਾ ਸੀਗਾ ਸਵਰਾਜ ਮਾਜਦਾ, ਇਹ ਟੈਂਪੂ ਆ ਮੋਟਰਸਾਈਕਲ ਸਵਾਰ ਸਾਈਡ 'ਤੇ ਖੜ੍ਹਾ ਸੀਗਾ, ਲੇਕਿਨ ਫਿਰ ਵੀ ਇਸ ਨੂੰ ਹਾਦਸੇ ਦਾ ਸ਼ਿਕਾਰ ਹੋਣਾ ਪਿਆ, ਕਿਉਂਕਿ ਟੈਂਪੂ ਜਿਹੜਾ ਬੇਕਾਬੂ ਹੋ ਗਿਆ ਸੀਗਾ, ਜਿਹਦੇ ਕਰਕੇ ਖੇਤਾਂ ਦੇ ਵਿੱਚ ਜਾ ਕੇ ਵੜ ਗਿਆ, ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ। ਅਤੇ ਖੁਦ ਜਿਹੜੇ ਮੌਕੇ ਦੇ ਚਸ਼ਮਦੀਪ ਸੀ, ਉਹ ਆਪਣੀ ਗੱਲਬਾਤ ਦੱਸ ਰਹੇ ਨੇ ਕੀ ਹੋਇਆ, ਕਿੱਦਾਂ ਹੋਇਆ, ਸੁਣਦੇ ਆ ਇਹਨਾਂ ਦੀ ਜ਼ੁਬਾਨੀ। ਪੂਰੀ ਪੂਰੀ ਗੱਲ ਦੱਸੋ ਹੋਇਆ ਕੀ ਹੈ ਜੀ? ਹੋਇਆ ਤਾਂ ਮੈਂ ਤਾਂ ਫੁੱਟਪਾਥ ਪਰ ਗੱਡੀ ਚੜ੍ਹਦੀ ਦੇਖੀ ਯਾਰ, ਬੜੀ ਟੈਂਸ਼ਨ ਆ। ਉਹਦੇ ਬਾਅਦ ਜੋ ਨਾਲ ਦੀ ਨਾਲ ਮੈਨੂੰ ਦੱਬ ਲਈ ਨਾਲ ਉੱਤੇ ਹੀ। ਤੇ ਜੋ ਮੋਟਰਸਾਈਕਲ ਸਵਾਰ ਸੀ, ਮੋਟਰਸਾਈਕਲ ਸਵਾਰ ਇੱਥੇ ਦਾ ਉਹ ਫਸ ਗਿਆ ਗੱਡੀ ਦੇ ਵਿੱਚ। ਅੱਛਾ ਜੀ, ਉਹਦੇ ਤੇ ਹੋਇਆ ਕੀ ਹੈ, ਮਤਲਬ ਕਿ ਬਚ ਗਈ ਜਾਨ ਜੀ ਦੀ? ਫਟ ਜਾ ਰਿਹਾ 70 ਰੁਪਏ ਦੀ। ਗਲਤੀ ਕਿਹਦੀ ਸੀਗੀ ਜੀ? ਗਲਤੀ ਤਾਂ ਹੁਣ ਆ ਗੱਡੀ ਵਾਲੀ ਹੈ ਜਿਹੜਾ ਮੈਂ ਦੱਬ ਕੇ ਲੈ ਕੇ ਆਇਆ। ਇਹਦਾ ਯਾਰ ਸਾਫ ਪਤਾ ਲੱਗ ਰਿਹਾ, ਦਿਖਣੇ ਮੈਨੂੰ ਲੱਗ ਰਿਹਾ ਗੱਡੀ ਧੱਕ ਕੇ ਲੈ ਗਈ ਹੈ ਗੱਡੀ ਨੂੰ। ਉਹ ਕਹਿੰਦਾ ਪਿੱਛੇ ਕਾਰ ਵਾਲੀ ਦੀ ਗਲਤੀ ਆ, ਪਤਾ ਨਹੀਂ। ਤੁਹਾਡੀ ਗਲਤੀ ਕੋਈ ਨਹੀਂ ਹੈਗੀ। ਹਾਂਜੀ ਗਲਤੀ, ਉਹ ਦੇਖੋ ਗੱਡੀ ਮੇਰੀ ਦਾ ਸਾਈਡ ਤੇ ਆਇਆ ਨਾ ਕੈਂਟਰ। ਤੁਹਾਡੀ ਗੱਡੀ ਦੇ ਨੰਬਰ ਕੇ? H68A25 ਕਰਨਾ ਹੈ। ਕਿੱਥੇ ਦੇ ਵਾਸੀ ਤੁਸੀਂ? ਵੀਡੇ ਪਹਿਲਾਂ ਬਟੇਰਾ ਵਸੀ ਜੀ। ਜ਼ਿਲ੍ਹਾ? ਫਤਿਹਗੜ੍ਹ ਸਾਹਿਬ। ਕੀ ਨਾਮ ਹੈ? ਮੇਰਾ ਨਾਮ ਰਿਸ਼ੀ ਪਾਲ ਹੈ ਜੀ, ਡਿਸਟ੍ਰਿਕਟ ਉਨਾ ਮੇਰਾ, ਧਮਾਂਦਰੀ ਪਿੰਡ ਹੈ। ਮੈਂ ਗੱਡੀ ਲੈ ਕੇ ਆ ਰਿਹਾ ਸੀ, 50 ਦੀ ਸਪੀਡ ਸੀ ਮੇਰੀ ਗੱਡੀ ਦੀ, ਪਿੱਛੇ ਡਿਵਾਈਡਰ ਦੇ ਕੱਟ ਤੇ ਗੱਡੀ ਮਾਰੀ ਮੇਰੀ ਛੋਟੀ ਗੱਡੀ, ਗੱਡੀ ਮੇਰੀ ਘੁੰਮ ਗਈ। ਨਾਲ ਗੱਡੀ ਚੱਲੀ ਸੀ ਬਰਾਬਰ, ਉਹਦੇ ਵੀ ਲੱਗੀ ਨਾਲ, ਇੱਥੇ ਬਾਈਕ ਵਾਲਾ ਬਾਈਕ ਖੜਿਆ ਸੀ, ਉਹਨੂੰ ਉਹਦਾ ਕੋਈ ਗਲਤੀ ਨਹੀਂ ਸੀ। ਉਹ ਵਿਚਾਰਾ ਦੇਖ ਕੇ ਗੱਡੀ ਘਬਰਾ ਗਿਆ ਹੈਗਾ, ਉਹ ਇੱਕਦਮ ਹੀ ਗੱਡੀ ਕਦੀ ਇੱਧਰ ਜਾਵੇ ਕਦੀ ਉੱਧਰ ਜਾਵੇ ਉਹ। ਅਤੇ ਇਸ ਤੋਂ ਇਲਾਵਾ ਹੋਰ ਕੀ ਨੁਕਸਾਨ ਹੋਇਆ? ਨੁਕਸਾਨ ਭਾਅ ਜੀ ਦੇਖੋ ਤੁਹਾਡੇ ਸਾਹਮਣੇ ਹੀ ਹੈ ਭਾਅ ਜੀ, ਹੁਣ ਨੁਕਸਾਨ ਜੋ ਜੀ। ਤੁਹਾਨੂੰ ਸੱਟ ਚੋੜ ਲੱਗੀ ਕੋਈ? ਸੱਟ ਮੇਰੇ ਗੋਡੇ 'ਤੇ ਲੱਗੀ ਭਾਅ ਜੀ। ਜੋ ਮੋਟਰਸਾਈਕਲ ਸਵਾਰ ਸੀ ਉਹਦੀ ਜਾਨ ਵੱਜ ਗਈ ਜੀ? ਹਾਂਜੀ ਹਾਂਜੀ, ਉਹਦੇ ਤਾਂ ਇੱਥੇ ਲੱਗੀ ਭਾਅ ਜੀ, ਪੱਟ 'ਤੇ ਲੱਗੀ, ਇੱਥੇ ਤਾਂ ਲੱਗੀ ਭਾਅ ਜੀ। ਪੂਰੀ ਪੂਰੀ ਗੱਲ ਦੱਸੋ ਹੋਇਆ ਕੀ ਹੈ ਜੀ?
ਹੋਇਆ ਤਾਂ ਮੈਂ ਤਾਂ ਫੁੱਟਪਾਥ ਪਰ ਗੱਡੀ ਚੜ੍ਹਦੀ ਦੇਖੀ ਯਾਰ ਬੜੀ ਕੈਂਟਰ ਆ। ਉਹਦੇ ਬਾਅਦ ਜੋ ਨਾਲ ਦੀ ਨਾਲ ਮੈਨੂੰ ਦੱਬ ਲਈ ਨਾਲ ਉੱਤੇ ਹੀ। ਅਤੇ ਜੋ ਮੋਟਰਸਾਈਕਲ ਸਵਾਰ ਸੀ ਮੋਟਰਸਾਈਕਲ ਸਵਾਰ ਇੱਥੇ ਗੱਡੀ ਦੇ ਵਿੱਚ। ਅੱਛਾ ਜੀ, ਉਹਦੇ ਤੇ ਹੋਇਆ ਕੀ ਹੈ, ਮਤਲਬ ਕਿ ਬਚ ਗਈ ਜਾਨ ਜੀ? ਗਲਤੀ ਕਿਹਦੀ ਸੀਗੀ ਜੀ? ਗਲਤੀ ਤਾਂ ਹੁਣ ਆ ਗੱਡੀ ਵਾਲੀ ਹੈ ਜਿਹੜਾ ਮੈਂ ਦੱਬ ਕੇ ਲੈ ਕੇ ਆਇਆ। ਉਹ ਕਹਿੰਦਾ ਪਿੱਛੇ ਕਾਰ ਵਾਲੀ ਦੀ ਗਲਤੀ ਆ, ਪਤਾ ਨਹੀਂ। ਤੁਹਾਡੀ ਗਲਤੀ ਕੋਈ ਨਹੀਂ ਹੈਗੀ, ਗਲਤੀ ਮੇਰੀ ਦਾ ਸਾਈਡ ਤੇ ਆਇਆ ਨਾ ਕੈਂਟਰ। ਤੁਹਾਡੀ ਗੱਡੀ ਦਾ ਨੰਬਰ ਕੀ ਹੈ? 8 68 25 ਕਰਨਾ। ਕਿੱਥੇ ਦੇ ਵਾਸੀ ਤੁਸੀਂ? ਪਿੰਡ ਪਹਿਲਾਂ ਵਡੇਰਾ ਵਸੀ ਜੀ। ਜ਼ਿਲ੍ਹਾ? ਗੱਡੀ ਘੁੰਮ ਗਈ, ਨਾਲ ਗੱਡੀ ਚੱਲੀ ਸੀ ਬਰਾਬਰ, ਉਹਦੇ ਵੀ ਲੱਗੀ ਨਾਲ, ਇੱਥੇ ਬਾਈਕ ਵਾਲਾ ਬਾਈਕ ਖੜਿਆ ਸੀ, ਉਹਨੂੰ ਉਹਦਾ ਕੋਈ ਗਲਤੀ ਨਹੀਂ ਸੀ। ਉਹ ਵਿਚਾਰਾ ਦੇਖ ਕੇ ਗੱਡੀ ਘਬਰਾ ਗਿਆ ਹੈਗਾ, ਉਹ ਇੱਕਦਮ ਹੀ ਗੱਡੀ ਕਦੀ ਇੱਧਰ ਜਾਵੇ ਕਦੀ ਉੱਧਰ ਜਾਵੇ ਉਹ। ਅਤੇ ਇਸ ਤੋਂ ਇਲਾਵਾ ਹੋਰ ਕੀ ਨੁਕਸਾਨ ਹੋਇਆ? ਨੁਕਸਾਨ ਭਾਅ ਜੀ ਦੇਖੋ ਤੁਹਾਡੇ ਸਾਹਮਣੇ ਹੀ ਹੈ ਭਾਅ ਜੀ ਹੁਣ ਨੁਕਸਾਨ ਜੋ ਜੀ। ਤੁਹਾਨੂੰ ਸੱਟ ਚੋਟ ਲੱਗੀ ਕੋਈ? ਸੱਟ ਮੇਰੇ ਗੋਡੇ 'ਤੇ ਲੱਗੀ ਭਾਅ ਜੀ। ਜੋ ਮੋਟਰਸਾਈਕਲ ਸਵਾਰ ਸੀ ਉਹਦੀ ਜਾਨ ਵੱਧ ਗਈ ਜੀ? ਹਾਂਜੀ ਹਾਂਜੀ, ਉਹਦੇ ਤਾਂ ਇੱਥੇ ਲੱਗੀ ਭਾਅ ਜੀ, ਪੱਟ 'ਤੇ ਲੱਗੀ, ਇੱਥੇ ਤਾਂ ਲੱਗੀ ਭਾਅ ਜੀ। ਪੂਰੀ ਗੱਲ ਦੱਸੋ ਹੋਇਆ ਕੀ ਹੈ ਜੀ? ਹੋਇਆ ਤਾਂ ਮੈਂ ਤਾਂ ਫੁੱਟਪਾਥ ਪਰ ਗੱਡੀ ਚੜ੍ਹਦੀ ਦੇਖੀ ਯਾਰ ਬੜੀ ਕੈਂਟਰ ਆ। ਉਹਦੇ ਬਾਅਦ ਜੋ ਨਾਲ ਦੀ ਨਾਲ ਮੈਨੂੰ ਦੱਬ ਲਈ ਨਾਲ ਉੱਤੇ ਹੀ। ਅਤੇ ਜੋ ਮੋਟਰਸਾਈਕਲ ਸਵਾਰ ਸੀ ਮੋਟਰਸਾਈਕਲ ਸਵਾਰ ਇੱਥੇ ਗਿਆ ਉਹ ਗੱਡੀ ਦੇ ਵਿੱਚ। ਅੱਛਾ ਜੀ, ਉਹਦੇ ਤੇ ਹੋਇਆ ਕੀ ਹੈ, ਮਤਲਬ ਕਿ ਬਚ ਗਈ ਜਾਨ ਜੀ? ਗਲਤੀ ਕਿਹਦੀ ਸੀਗੀ ਜੀ? ਗਲਤੀ ਤਾਂ ਹੁਣ ਆ ਗੱਡੀ ਵਾਲੀ ਹੈ ਜਿਹੜਾ ਮੈਂ ਦੱਬ ਕੇ ਲੈ ਕੇ ਆਇਆ। ਉਹ ਕਹਿੰਦਾ ਪਿੱਛੇ ਕਾਰ ਵਾਲੀ ਦੀ ਗਲਤੀ ਆ, ਪਤਾ ਨਹੀਂ। ਤੁਹਾਡੀ ਗਲਤੀ ਕੋਈ ਨਹੀਂ ਹੈਗੀ, ਗਲਤੀ ਉਹ ਦੇਖੋ ਗੱਡੀ ਮੇਰੀ ਦਾ ਸਾਈਡ ਤੇ ਆਇਆ ਨਾ ਕੈਂਟਰ। ਤੁਹਾਡੀ ਗੱਡੀ ਦਾ ਨੰਬਰ ਕੀ ਹੈ? 8 68 25 ਕਰਨਾ। ਕਿੱਥੇ ਦੇ ਵਾਸੀ ਤੁਸੀਂ? ਪਿੰਡ ਪਹਿਲਾਂ ਵਡੇਰਾ ਵਸੀ ਜੀ। ਜ਼ਿਲ੍ਹਾ? ਫਤਿਹਗੜ੍ਹ ਸਾਹਿਬ। ਕੀ ਨਾਮ ਹੈ? ਗੱਡੀ ਘਬਰਾ ਗਿਆ ਹੈਗਾ, ਉਹ ਇੱਕਦਮ ਹੀ ਗੱਡੀ ਕਦੀ ਇੱਧਰ ਜਾਵੇ ਕਦੀ ਉੱਧਰ ਜਾਵੇ ਉਹ। ਅਤੇ ਇਸ ਤੋਂ ਇਲਾਵਾ ਹੋਰ ਕੀ ਨੁਕਸਾਨ ਹੋਇਆ? ਨੁਕਸਾਨ ਭਾਅ ਜੀ ਦੇਖੋ ਤੁਹਾਡੇ ਸਾਹਮਣੇ ਹੀ ਹੈ ਭਾਅ ਜੀ ਹੁਣ ਨੁਕਸਾਨ ਜੀ। ਤੁਹਾਨੂੰ ਸੱਟ ਚੋਟ ਲੱਗੀ ਕੋਈ? ਸੱਟ ਮੇਰੇ ਗੋਡੇ 'ਤੇ ਲੱਗੀ ਭਾਅ ਜੀ। ਜੋ ਮੋਟਰਸਾਈਕਲ ਸਵਾਰ ਸੀ ਉਹਦੀ ਜਾਨ ਵੱਧ ਗਈ ਜੀ? ਹਾਂਜੀ ਹਾਂਜੀ, ਉਹਦੇ ਤਾਂ ਇੱਥੇ ਲੱਗੀ ਭਾਅ ਜੀ, ਪੱਟ 'ਤੇ ਲੱਗੀ। ਪੂਰੀ ਗੱਲ ਦੱਸੋ ਹੋਇਆ ਕੀ ਹੈ ਜੀ?
ਹੋਇਆ ਤਾਂ ਮੈਂ ਤਾਂ ਫੁੱਟਪਾਥ ਪਰ ਗੱਡੀ ਚੜ੍ਹਦੀ ਦੇਖੀ ਯਾਰ ਇਹ ਬੜੀ ਡੈਂਜਰ ਆ। ਉਹਦੇ ਬਾਅਦ ਜੋ ਨਾਲ ਦੀ ਨਾਲ ਮੈਨੂੰ ਦੱਬ ਲਈ ਨਾਲ ਸਹੀ। ਅਤੇ ਜੋ ਮੋਟਰਸਾਈਕਲ ਸਵਾਰ ਸੀ ਗੱਡੀ ਦੇ ਵਿੱਚ, ਅੱਛਾ ਜੀ, ਉਹਦੇ ਉਹਦੇ 'ਤੇ ਹੋਇਆ ਕੀ ਮਤਲਬ ਕਿ ਬਚ ਕੇ ਜਾਣ ਦੀ ਗਲਤੀ ਕਿਹਦੀ ਸੀਗੀ ਜੀ? ਗਲਤੀ ਤਾਂ ਆਹ ਗੱਡੀ ਵਾਲੀ ਹੈ ਜੀ, ਦੱਬ ਕੇ ਲੈ ਕੇ ਆਏ। ਉਹ ਕਹਿੰਦਾ ਪਿੱਛੇ ਕਾਰ ਵਾਲੀ ਦੀ ਗਲਤੀ ਆ, ਤੁਹਾਡੀ ਗਲਤੀ ਕੋਈ ਨਹੀਂ ਹੈਗੀ। ਗੱਡੀ ਮੇਰੀ ਦਾ ਸਾਈਡ ਤੇ ਆਇਆ ਨਾ ਕੈਂਟ। ਤੁਹਾਡੀ ਗੱਡੀ ਦਾ ਨੰਬਰ ਕੀ ਹੈ? H8A25 ਕਰਨਾ। ਕਿੱਥੇ ਦੇ ਵਾਸੀ ਤੁਸੀਂ? ਜ਼ਿਲ੍ਹਾ ਪਹਿਲਾ ਬਟੇਰਾ ਵਾਸੀ ਨੇ। ਜ਼ਿਲ੍ਹਾ ਫਤਿਹਗੜ੍ਹ ਸਾਹਿਬ। ਫਤਿਹਗੜ੍ਹ ਸਾਹਿਬ ਕੀ ਨਾਮ ਹੈ? ਮੇਰਾ ਨਾਮ ਰਿਸ਼ੀ ਪਾਲ ਹੈ ਜੀ, ਡਿਸਟ੍ਰਿਕਟ ਹੁੰਦਾ ਮੇਰਾ ਭਵਾਨਤਰੀ ਪਿੰਡ ਹੈ। ਮੈਂ ਗੱਡੀ ਲੈ ਕੇ ਆ ਰਿਹਾ ਸੀ, 50 ਦੀ ਸਪੀਡ ਸੀ ਮੇਰੀ ਗੱਡੀ ਦੀ, ਪਿੱਛੇ ਡਿਵਾਈਡਰ ਦੇ ਕੱਟ 'ਤੇ ਗੱਡੀ ਮਾਰੀ ਮੇਰੀ ਛੋਟੀ ਗੱਡੀ, ਗੱਡੀ ਮੇਰੀ ਘੁੰਮ ਗਈ, ਨਾਲ ਗੱਡੀ ਚੱਲੀ ਸੀ ਬਰਾਬਰ, ਉਹਦੇ ਵੀ ਲੱਗੀ ਨਾਲ, ਇੱਥੇ ਬਾਈਕ ਵਾਲਾ ਬਾਈਕ ਖੜ੍ਹੇ ਸੀ, ਉਹਨੂੰ ਤਾਂ ਕੋਈ ਗਲਤੀ ਨਹੀਂ ਸੀ। ਉਹ ਵਿਚਾਰਾ ਦੇਖ ਕੇ ਗੱਡੀ ਘਬਰਾ ਗਿਆ ਹੈਗਾ, ਉਹ ਇੱਕਦਮ ਹੀ ਗੱਡੀ ਕਦੀ ਇੱਧਰ ਜਾਵੇ ਕਦੀ ਉੱਧਰ ਜਾਵੇ। ਅਤੇ ਇਸ ਤੋਂ ਇਲਾਵਾ ਹੋਰ ਕੀ ਕੀ ਨੁਕਸਾਨ ਹੋਇਆ?